ਆਪਾਂ ਪਹਿਲਾਂ ਰੀਲਾਂ ਧਣੀਆਂ ਵੇਖ ਕੇ ਨਾ ਫਿਰ ਹੀ ਤਰੇਮ ਆ ਦੀਦੀ ਨੇ ਅੱਜ ਡਰੈਸ ਵੇਖ ਲਈ ਕਿਹੜੀ ਪਾਈ ਉਹ ਤਾਂ ਫਿਰ ਬੰਦਾ ਆਪਣਾ ਜਲਦੀ ਪਛਾਣ ਲੈਂਦਾ ਨਾ ਹਾਂ ਪਹਿਚਾਣ ਲਿਆ ਨਹੀਂ ਦੀਦੀ ਹੁਣ ਦਾ ਸੁਭਾਅ ਨੇਚਰ ਬਹੁਤ ਵਧੀਆ ਵਾ ਤੇ ਮਾੜਾ ਚੰਗਾ ਨਾ ਬੋਲਿਆ ਕਰੋ ਜੀ ਤੁਹਾਡਾ ਵੀ ਬਹੁਤ ਵਧੀਆ ਵਾ ਤੁਹਾਨੂੰ ਤੇ ਆਪਾਂ ਕਿੰਨੀ ਦੇਰ ਦੇ ਵੇਖਦੇ ਆ ਠੀਕ ਠੀਕ ਧੰਨਵਾਦ ਇੱਧਰ ਜਾਣਾ ਇੱਧਰ ਹਾਂਜੀ ਨਹੀਂ ਕਰਨ ਦੀ ਮੈਂ ਕਹਿੰਦੀ ਮੈਂ ਮੇਰੇ ਮੈਨੂੰ ਇੱਕ ਰੀ ਵੀ ਸ਼ੂਟ ਕਰਵਾ ਦਿਓ ਕਿਤੇ ਹਾਂ ਇੰਨਾ ਸ਼ੂਟ ਕਰਵਾ ਦਿਓ ਡੇਲੀ ਨਾ ਪੈਸੇ ਤੁਸੀਂ ਲੈ ਲਿਓ ਬਣ ਮੈਂ ਜਾਊਂ ਸਹੀ ਗੱਲ ਇੰਨਾ ਵਾਸਤੇ ਨਾ ਲਹਿੰਗਾ ਕੋਈ ਵੇਖੋ ਪਰ ਇਹਨਾਂ ਦਾ ਸਾਇਜ਼ ਦਾ ਲਹਿੰਗਾ ਨਹੀਂ ਆਉਣਾ ਤੇ ਤੋੜਾ ਲੈਣਾ ਗੋਟਾ ਘਾਟਾ ਵਾਧੂ ਪ੍ਰੋਮਿਸ ਕਰ ਤੋੜੇ ਵਾਲਾ ਲਹਿੰਗਾ ਪੱਕਾ ਪਵਾਇਆ ਜਾਏਗਾ ਮੈਂ ਕਹਿੰਦਾ ਦੀਦੀ ਜੀ ਇਹਨਾਂ ਨੇ ਤਾਂ ਕੈਮਰੇ ਚ ਵੀ ਨਹੀਂ ਪੂਰਾ ਆਉਣਾ ਨਾ ਦੁਨੀਆ ਤੇ ਹੈ ਹੀ ਨਹੀਂ ਜਿਹੜਾ ਮੈਂ ਦੀਦੀ ਹੋਣਾ ਕਰਨਾ ਜਿਹੜਾ ਮੇਕਅਪ ਫਾਊਂਡੇਸ਼ਨ ਦੀ ਕੁਆਲਿਟੀ ਬੜੀ ਜ਼ਬਰਦਸਤ ਆ ਤਿੰਨ ਚਾਰ ਸਾਲ ਹਾਂ ਚਾਰ ਸਾਲ ਹੋ ਗਏ ਮੇਰੇ ਦੀਦੀ ਦੇ ਵਿਆਹ ਨੂੰ ਜਦੋਂ ਦਾ ਤੁਸੀਂ ਦੀਦੀ ਦਾ ਵਿਆਹ ਕੀਤਾ ਸਾਰੀਆਂ ਰਸਮਾਂ ਵੇਖੀਆਂ ਅੱਛਾ ਅੱਛਾ ਟੋਟਲੀ ਯਾਰ ਓਕੇ ਅੱਜ ਸਾਨੂੰ ਵੱਡੇ ਦੀਦੀ ਹੋਣੀ ਮਿਲਾਉਣ ਜਾ ਰਹੇ ਆ ਆਪਣੇ ਬੜੇ ਮਸ਼ਹੂਰ ਗੈਸਟ ਦੇ ਨਾਲ ਅੱਜ ਖੜਨਗੇ ਕਿਤੇ ਆਪਾਂ ਨੂੰ ਸਹੀ ਗੱਲ ਅਤੇ ਸਪੈਸ਼ਲੀ ਮੈਂ ਆਪਣੇ ਭਰਾ ਨੂੰ ਮਿਲਾ ਕੇ ਲਿਆਉਣਾ ਵਾ ਯਾਰ ਕਿਉਂਕਿ ਇਹ ਜਾਣ ਨਹੀਂ ਡਿਆ ਤਾਂ ਮੈਂ ਕਿਹਾ ਨਹੀਂ ਹਰਮਨ ਜਾਣਾ ਆ ਯਾਰ ਜੇ ਮਰਜ਼ੀ ਅਜੇ ਅਤੇ ਤੁਹਾਨੂੰ ਦੱਸ ਹੀ ਦਿੰਦੇ ਆਪਾਂ ਸਤਿ ਸ਼੍ਰੀ ਅਕਾਲ ਸਵਾਗਤ ਤੁਹਾਡਾ ਅੱਜ ਦਿਨ ਵਲੌਗ ਦੇ ਵਿੱਚ ਅਤੇ ਅੱਜ ਚੱਲੇ ਹਾਂ ਇਹ ਹਰਮਨ ਨੂੰ ਮਿਲਾ ਕੇ ਲਿਆਊਗਾ ਇਹ ਸਪੈਸ਼ਲ ਗੈਸਟ ਦੀਦੀ ਦੀਦੀ ਹੋਣਾਂ ਦੇ ਨਾਲ ਸ਼ਾਡੇ ਦੀ ਜਾਣ ਬੜੀ ਮਸ਼ਹੂਰ ਆ ਖੂਬਸੂਰਤੀ ਦਾ ਰਾਜ ਅਤੇ ਫਰੂਟ ਆ ਮਜ਼ਾਕ ਨਹੀਂ ਉਡਾ ਰਿਹਾ ਉਹਨਾਂ ਦਾ ਮਤਲਬ ਇਸ ਡਾਇਲੋਗ ਦੇ ਨਾਲ ਹੀ ਜ਼ਿਆਦਾ ਮਸ਼ਹੂਰ ਨੇ ਛਿਆਟੇ ਦੀ ਜਾਨ ਵੀ ਇੱਦਾਂ ਕਰਕੇ ਆ ਨਾਮ ਉਹਨਾਂ ਦੀ ਸ਼ਾਇਦ ਆਈਡੀ ਦਾ ਹੈ ਨਾ ਸੁਨੀਲ ਨਾਮ ਤਾਂ ਵੈਸੇ ਉਹ ਜ਼ਿਆਦਾ ਮਸ਼ਹੂਰ ਹੋਏ ਨੇ ਇਹ ਫਰੂਟ ਮੇਰੀ ਖੂਬਸੂਰਤੀ ਦਾ ਰਾਜ ਹੈ ਅਨਾਰ ਪਾ ਕੇ ਹਾਂ ਅਨਾਰ ਪਾ ਕੇ ਅੱਜ ਮੈਂ ਉਹ ਖਾ ਰਹੀ ਹਾਂ ਕੀ ਚੀਜ਼ ਹੈਗੀ ਚਾਟ ਹਾਂ ਚਾਟ ਆ ਅਨਾਰ ਪਾ ਕੇ ਉਹਨਾਂ ਨੇ ਦਿੱਤਾ ਆ ਅਤੇ ਪਤਾ ਨਹੀਂ ਕਿਹਦਾ ਹੋਟਲ ਦਾ ਨਾਂ ਲੈਣ ਡੇ ਪਤਾ ਨਹੀਂ ਕੀ ਨਾਂ ਉਹਨਾਂ ਨੂੰ ਮੇਰੀ ਖੂਬਸੂਰਤੀ ਦਾ ਰਾਜ ਉਹਨਾਂ ਨੂੰ ਪਤਾ ਆ ਵੀ ਆਪਾਂ ਅਨਾਰ ਪਸੰਦ ਹੈ ਇਹਨਾਂ ਅਤੇ ਤੁਸੀਂ ਜਾ ਕੇ ਉਹਨਾਂ ਦੀ ਇੰਸਟਾਗ੍ਰਾਮ ਦੀ ਵੀਡੀਓ ਵੀ ਦੇਖ ਲੈਣੀਆਂ ਆ ਅਤੇ ਇੰਸਟਾਗ੍ਰਾਮ 'ਤੇ ਸਰਚ ਕਰ ਸਕਦੇ ਹੋ ਛਿਆਟੇ ਦੀ ਜਾਨ ਬਸ ਆ ਜਾਣੀ ਨਾਲ ਹੀ ਵੀਡੀਓ ਉਹਨਾਂ ਦੀ ਖਤਮ ਹੋ ਗਿਆ ਬਸ ਗੁੱਡ ਬਾਏ ਹੋ ਗਿਆ ਗੁੱਡ ਬਾਏ ਵੇਚ ਕੇ ਨਾ ਵੇਚ ਕੇ ਕੋਈ ਚਾਰ ਪੈਸੇ ਕਮਾ ਚਾਰ ਪੈਸੇ ਕਿੱਥੋਂ ਮਿਲਣੇ ਫਸ ਗਿਆ ਚਾਚਾ ਬਾਹਾਂ ਵੇਖਦਾ ਪੜਵਾਈਆਂ ਰਾਤੀ ਸਪਲੈਂਡਰ ਵਾਲਾ ਲੈ ਪੈਣ ਲੱਗਾ ਸੀ ਸਪਲੈਂਡਰ ਵਾਲੇ ਨੂੰ ਮੈਂ ਲੈ ਪੈਣ ਲੱਗਾ ਸੀ ਉੱਥੇ ਹੀ ਗੁੰਮ ਹੋ ਗਿਆ ਉਹ ਵੇਖਦਾ ਡੈਡੀ ਨੇ ਵੇਖੀ ਵਲੌਗ ਵੇਖ ਕੇ ਕਹਿੰਦੇ ਵੇਖੀ ਵੇਖੀ ਵੱਡੀ ਵੱਡੀ ਸਤੰਦਾ ਵੱਡੀ ਦੀਦੀ ਇਹਨੇ ਵਲੌਗ 'ਚ ਕਹਿਤਾ ਸੀ ਵੀ ਆ ਮੈਂ ਸਪਲੈਂਡਰ ਵਾਲੇ ਨੂੰ ਰਾਤੀ ਲੈ ਪੈਣ ਲੱਗਾ ਸੀ ਡੈਡੀ ਨੇ ਵਲੌਗ ਵੇਖਣਾ ਆ ਹਾਂ ਨਾ ਭਾਈ ਆ ਡੈਡੀ ਜੀ ਕਹਿੰਦੇ ਆ ਨਾ ਭਾਈ ਦੱਸੀ ਨਾ ਡੈਡੀ ਵੀ ਚੱਲ ਪਿਆ ਕਰੋ ਹੁਣ ਅਤੇ ਮੈਨੂੰ ਦੀਦੀ ਹੋਣਾ ਨਾਲ ਲੈਣਾ ਮਨਿੰਦਰ ਭਾਈ ਨੇ ਨਹੀਂ ਜਾਣਾ ਉਹਦੀ ਜਗ੍ਹਾ 'ਤੇ ਹਰਮਨ ਹੋਣੀ ਜਾ ਰਹੀ ਨੂੰ ਸਾਡੇ ਨਾਲ ਚੱਲੀਏ ਕਿੱਥੇ ਸਤਿ ਸ਼੍ਰੀ ਅਕਾਲ ਦੀਦੀ ਜੀ ਹੋਰ ਸੁਣਾਓ ਅੱਜ ਖੂਬਸੂਰਤੀ ਦਾ ਰਾਜ ਦੱਸਣਾ ਮੈਂ ਉਹ ਕਾਪੀ ਜੀ ਲੈ ਆਉਣੀ ਨਾਲ ਕਿਉਂਕਿ ਮਨਿੰਦਰ ਭਾਈ ਨੂੰ ਦੱਸਣਾ ਖੂਬਸੂਰਤੀ ਦਾ ਰਾਜ ਉਹ ਮੈਂ ਲਿਖ ਕੇ ਦੇ ਦੂੰਗੀ ਨਾ ਦੀਦੀ ਉੱਧਰੋਂ ਛਿਆਟੇ ਵਾਲੀ ਦੀਦੀ ਜਾਨਵੀ
ਖੂਬਸੂਰਤੀ ਦਾ ਰਾਜ ਮੇਰੇ ਸਾਂਢੂ ਸਾਹਿਬ ਵਾਸਤੇ। ਵਾਹ ਕਿੰਨੇ ਯਾਰ ਚਲਾਤਾ, ਇਹਨੂੰ ਬੰਦ ਕਰ। ਆਪਾਂ ਪਹੁੰਚ ਗਏ ਜਿੱਥੇ ਦੀ ਲੋਕੇਸ਼ਨ ਦਿੱਤੀ ਸੀ ਦੀਦੀ ਹੋਣਾਂ ਨੇ, ਉਹਨਾਂ ਨੂੰ ਕਾਲ ਕਰਦੇ ਹਾਂ ਅਤੇ ਫਿਰ ਮਿਲਦੇ ਹਾਂ। ਅਤੇ ਸੁਨੀਲ ਕਹਿੰਦੇ ਉਹਨਾਂ ਵਾਲੇ ਪਲਸਰ ਤਾਂ ਜਾਂਦੇ ਲਾਗੂ ਹੀ ਲੰਘੇ, ਵਾਹਵਾ ਤੇਜ਼ ਸੀਗੇ ਅਤੇ ਆਵਾਜ਼ ਨਹੀਂ ਫਿਰ ਦਿੱਤੀ, ਉਹਨਾਂ ਨੂੰ ਕਾਲ ਲਾ ਲੈਂਦੇ ਹਾਂ ਨਾ। ਆਪਣੇ ਨਾਲ ਸ਼ਿਰਾਜ ਵੀ ਆਇਆ, ਸ਼ਿਰਾਜ ਕੀ ਹਾਲ ਹੀ, ਠੀਕ ਠਾਕ ਹੈ? ਆਈ ਭਾ ਭਾ ਆਈ। ਇਹ ਗੁਰਦੁਆਰਾ ਸਾਹਿਬ ਪਤਾ ਨਹੀਂ ਕਿਹੜਾ ਵੈਸੇ, ਅਤੇ ਇੱਥੇ ਛੋਕਾ ਕੁਲਚਿਆਂ ਵਾਲਾ ਕੋਈ, ਉਹਦੇ ਕੋਲ ਜੇ ਆਪਣਾ ਕੁਲਚਾ ਖਾ ਰਹੇ ਨੇ ਦੀਦੀ ਹੋਣੀ, ਉੱਥੇ ਜਾ ਕੇ ਮਿਲਦੇ ਹਾਂ ਆਪਾਂ। ਆ ਭਾਜੀ ਇਹ ਚਿੱਟੇ ਕੁੜਤਾ ਪਜਾਮਾ ਪਾਇਆ ਅਤੇ ਉਹ ਦੀਦੀ ਬੈਠੇ, ਉਹ ਦੀਦੀ ਬੈਠੇ, ਆ ਜਾ ਉਹ ਦੀਦੀ ਹੋਣਾ ਪਹਿਚਾਣ ਲਿਆ। ਅਸੀਂ ਦੀਦੀ ਨੂੰ ਮਿਲ ਪਏ ਹਾਂ, ਖੂਬਸੂਰਤੀ ਦਾ ਰਾਜ ਪੁੱਛਦੇ ਹਾਂ ਕੀ ਹਾਲ ਭਾਜੀ। ਹੋਰ ਸੁਣਾਓ ਠੀਕ ਜੇ ਭਾਜੀ? ਹੋਰ ਮੈਂ ਠੀਕ ਠਾਕ ਜੇ, ਚਲੋ ਵਧੀਆ ਚਾਹੀਦਾ। ਚਲੋ ਚਲੋ ਆਜੋ ਆਜੋ। ਆਪਾਂ ਪਹਿਲਾਂ ਰੀਲਾਂ ਧਣੀਆਂ ਵੇਖ ਕੇ ਨਾ ਫਿਰ ਹੀ ਤੁਰੇ, ਮੈਂ ਦੀਦੀ ਨੂੰ ਅੱਜ ਡਰੈਸ ਵੇਖ ਲਈ ਕਿਹੜੀ ਪਾਈ, ਉਹ ਸਾਨੂੰ ਫਿਰ ਬੰਦਾ ਆਪਣਾ ਜਲਦੀ ਪਹਿਚਾਣ ਲੈਂਦਾ ਨਾ। ਹਾਂ ਪਹਿਚਾਣ ਲਿਆ ਪਹਿਚਾਣ ਲਿਆ ਨਹੀਂ ਦੀਦੀ ਹੁਣ ਦਾ ਸੁਭਾਅ ਨੇਚਰ ਬਹੁਤ ਵਧੀਆ ਵਾ, ਅਤੇ ਮਾੜਾ ਚੰਗਾ ਨਾ ਬੋਲਿਆ ਕਰੋ ਜੀ। ਤੁਹਾਡਾ ਵੀ ਬਹੁਤ ਵਧੀਆ ਵਾ, ਤੁਹਾਨੂੰ ਤੇ ਆਪਾਂ ਕਿੰਨੀ ਦੇਰ ਦੇ ਵੇਖਦੇ ਆ। ਠੀਕ ਠੀਕ ਧੰਨਵਾਦ। ਇੱਧਰ ਜਾਣਾ ਇੱਧਰ, ਹਾਂਜੀ ਆ ਜਾਓ ਇੱਧਰ ਆ ਜਾਓ। ਅਤੇ ਹੁਣ ਦੀਦੀ ਹੁਣੀ ਕਹਿੰਦੇ ਕੁਲਚਾ ਖਾਣਾ, ਬਾਕੀ ਦੇਖਦੇ ਇੱਧਰ ਬੈਠਦੇ ਹਾਂ। ਦੀਦੀ ਨੇ ਕਹਿੰਦੇ 4 ਸਾਲ ਤੱਕ ਦੇ ਦੇਵੇ। ਹਾਂ ਮੇਰੀ ਦੀਦੀ ਦੇ ਵਿਆਹ ਨੂੰ ਵੀ ਨਾ 3.5-4 ਸਾਲ, ਹਾਂ 4 ਸਾਲ ਹੋ ਗਏ ਮੇਰੀ ਦੀਦੀ ਦੇ ਵਿਆਹ ਨੂੰ। ਜਦੋਂ ਦਾ ਤੁਸੀਂ ਦੀਦੀ ਦਾ ਵਿਆਹ ਕੀਤਾ ਸਾਰੀਆਂ ਰਸਮਾਂ ਵੇਖੀਆਂ, ਸਾਰਾ ਸਾਰਾ ਭੁੱਲੀ। ਓਕੇ ਓਕੇ ਟੋਟਲੀ ਯਾਰ। ਓਕੇ ਓਕੇ ਠੀਕ ਠੀਕ। ਕੱਲ ਭਾਜੀ ਨੇ ਪਹਿਚਾਣ ਲੈਣੇ, ਫਿਰ ਉਸ ਤੋਂ ਬਾਅਦ ਪਹਿਚਾਣ ਲਿਆ ਦੀਦੀ ਹੁਣਾਂ ਪਹਿਚਾਣ ਲਿਆ ਜਾਂਦੀ। ਇਹ ਇਹ ਹੁਣ ਛੋਟਾ ਕੁਲਚੇ ਆਉਣਾ ਨਾ। ਚਲੋ ਯਾਰ ਕੁਛ ਨਹੀਂ ਆ, ਚਲੋ ਆ ਜਾਓ। ਦੀਦੀ ਜੀ ਮੈਂ ਜ਼ਿਆਦਾ ਉਹ ਇੱਕ ਵੀਡੀਓ ਤੁਸੀਂ ਜ਼ਿਆਦਾ ਫੇਮਸ ਹੈ ਵੀਡੀਓ ਤੁਹਾਡੀ, ਮਤਲਬ ਮੈਂ ਮਜ਼ਾਕ ਨਹੀਂ, ਬੜੀ ਵਧੀਆ ਵੀਡੀਓ ਤੁਹਾਡੀ ਲੱਗਦੀ ਆ ਵੱਡੀ, ਮੇਰੀ ਖੂਬਸੂਰਤੀ ਦਾ ਰਾਜ ਫਰੀਦ ਆ ਉਹ ਵੀਡੀਓ ਬੜੀ ਚੱਲੀ ਨਾ, ਉਹ ਵਧੀਆ। ਹਾਂ ਉਹ ਉਹ ਚੱਲੀ ਉਹ ਵੀਡੀਓ ਮੇਰੀ ਖੂਬਸੂਰਤੀ ਦਾ ਰਾਜ ਫਰੂਟ ਹੈਗਾ, ਤੁਸੀਂ ਸਾਰੇ ਵੀ ਜਿੰਨੇ ਮਿਲਣ ਆਏ ਸਾਰੇ ਫਰੂਟ ਖਾਇਆ ਕਰੋ, ਮੇਰੇ ਮੂੰਹ ਤੇ ਫੇਮਸ ਹੋ ਗਏ, ਵੀਡੀਓ ਬਣਾਓ ਭਾਜੀ ਤੇ ਅੱਗੇ ਹੈ ਗਈ ਆ ਫੇਮਸ। ਹਾਂ ਬਿਲਕੁਲ, ਫਰੂਟ ਖਾਓ ਫਰੂਟ ਖਾਓ ਤੇ ਗੱਲਾਂ ਜਿਹੜੀਆਂ ਭੱਖਦੀਆਂ ਪੂਰੀਆਂ ਮੇਰੀਆਂ ਭੱਖਦੀਆਂ ਪਈਆਂ ਨਾ। ਬਸ ਬਸ ਇਹਨਾਂ ਨੂੰ ਪਤਾ ਨਹੀਂ ਲੱਗਦਾ, ਇਹਨਾਂ ਨੂੰ ਦੇਖਦੀਆਂ ਨਹੀਂ। ਹਾਂ ਇਹਨਾਂ ਵੇਖ ਇਹਨਾਂ ਨੂੰ ਵੇਖਦੇ ਧਿਆਨ ਨਹੀਂ ਦਿੰਦੇ। ਮੈਂ ਇਹਨੂੰ ਕਹਿੰਦਾ ਨਾ ਵੀ ਫਰੂਟ ਖਾਇਆ ਕਰ, ਵੀ ਇਹ ਮਤਲਬ ਫਾਸਟ ਫੂਡ ਖਾਂਦੀ ਆ, ਵੀ ਖੂਬਸੂਰਤੀ ਦਾ ਰਾਜ ਮੈਂ ਫਰੂਟ ਆ, ਇਹ ਖਾਂਦੀ ਨਹੀਂ। ਹਾਂ ਫਾਸਟ ਫੂਡ ਜ਼ਿਆਦਾ ਵੇਲਾ, ਤੁਹਾਡੀਆਂ ਸਾਰੀਆਂ ਵੀਡੀਓ ਮੇਰੇ ਵੇਖਦੇ ਆਪਾਂ, ਬਹੁਤ ਵਧੀਆ ਹੁੰਦੀਆਂ ਨੇ। ਇਹ ਦੀਦੀ ਨੂੰ ਗੁੱਡੀਆ, ਇਹ ਦੀਦੀ ਗੁੱਡੀਆ ਹੈ ਨਾ, ਇਹ ਦੀਦੀ ਹੁਣਾਂ ਦੀ ਹੈਗੀ ਵੱਡੀ ਗੁੱਡੀਆ, ਤੇ ਗੁੜੀਆ ਕਹਿੰਦੇ ਜਾਂਦੀ ਨੀ ਕਿਸੇ ਦੇ ਕੋਲੋਂ।
ਦੀਦੀ ਹੁਣੀ ਹਰ ਸੰਡੇ ਇੰਜੋਏ ਕਰਨ ਜਾਂਦੇ ਨੇ, ਮਤਲਬ ਐਤਵਾਰ ਛੁੱਟੀ ਹੁੰਦੀ ਨਾ ਭਾਜੀ ਹੋਣਾ ਨੂੰ, ਤੇ ਉਹਨਾਂ ਦੇ ਨਾਲ ਕੁਛ ਨਾ ਕੁਛ ਮਤਲਬ ਬਾਜ਼ਾਰੋਂ ਖਾਣ ਪੀਣ ਚਲੇ ਜਾਂਦੇ ਨੇ, ਹਨਾ ਵੀ ਜੀ ਸਿੱਧੇ ਤਰੀਕੇ ਦੇ ਨਾਲ ਗੱਲ ਵੀ ਖਾਣ ਪੀਣ ਚਲੇ ਜਾਈਦਾ ਆਉਂਦੇ ਨੀ ਹਾਂ ਤੇ ਇਹ ਜਾਨ ਜਾਨ ਨਾਰੀਅਲ ਪਾਣੀ ਇੱਕ ਤੁਸੀਂ ਦੱਸਣ ਦੇ ਨਾ ਹਿਚਕੀ ਬੜੀ ਲੱਗਦੀ ਨਾ ਉਹਨੂੰ ਤੇ ਨਾਲ ਨਾਰੀਅਲ ਪਾਣੀ ਦੀਦੀ ਜੀ ਨੋਟ ਕਰ ਲਓ ਨਹੀਂ ਤੇ ਰਿਕਾਰਡਿੰਗ ਭੇਜ ਦਿਓ ਭਾਜੀ ਅਵਲ ਤੇ ਵੈਸੇ ਦੀਦੀ ਸਿਆਣੀ ਆ ਉਹਨੂੰ ਦੱਸ ਹੀ ਦੇਣਾ ਰਸ਼ ਹੀ ਗਾ ਇੱਥੇ ਕੁਲਚਿਆਂ ਵਾਲੀ ਦੁਕਾਨ ਤੇ ਕਿੱਥੇ ਖਲੋਤੀਆਂ ਕੁਲਚਿਆਂ ਵਾਲੀ ਦੁਕਾਨ ਤੇ ਤੇ ਹੁਣ ਆਪਣਾ ਜਗ੍ਹਾ ਮਿਲ ਗਈ ਹੁਣ ਲੱਗੇ ਬੈਠਣ ਠੰਡੀ ਖਾ ਲਈ ਆਈਸਕ੍ਰੀਮ ਦੀਦੀ ਨੀ ਲੱਗੇ ਰੀਲ ਬਣਾ ਗਰਮ ਕਰਕੇ ਕੌਣ ਖਾਂਦਾ ਠੰਡੀ ਆਈਸਕ੍ਰੀਮ ਖਾਈ ਨੀ ਮੌਸਮ ਨੀ ਨਾ ਹੈਗਾ ਆਪਾਂ ਇਹ ਕਾਲੀ ਪਈ ਜਾਂਦੀ ਆਪਾਂ ਮਾਂ ਨਾ ਖਾਣੇ ਆ ਅਸੀਂ ਕਿਹੜਾ ਕਿਤੇ ਜਾਣਾ ਹੈ ਵੇਲੇ ਤੇ ਆ ਗਏ ਇਹਨਾਂ ਭੇਜ ਦੋ ਬਾਹਰ ਇਹਨਾਂ ਲੰਗਰ ਤਾਂ ਨਾ ਭੇਜ ਦੀ ਹਾਂ ਜਾਓ ਖਾਓ ਜਾਓ ਹਾਂ ਜਾਓ ਖਾਓ ਅਸੀਂ ਕੁਲਚਾ ਖਾ ਕੇ ਆਉਂਦੇ ਹਾਂ ਕਿ ਨਹੀਂ ਹੋਰ ਕੀ ਅਸੀਂ ਭੈਣ ਭਰਾ ਕੁਲਚਾ ਖਾ ਕੇ ਤੁਸੀਂ ਜਾਓ ਠੀਕ ਹੈ ਹੋਰ ਕੀ ਬੀਕਾਨੇਰ ਤੋਂ ਚਟਨੀ ਚਟਨੀ ਕੁਲਚੇ ਠਹਿਰ ਕੇ ਆਉਣਗੇ ਸਹੀ ਗੱਲ ਹੈ ਚਾਰ ਦਿਨ ਚਟਨੀ ਖਾਓ ਪਹਿਲੇ ਚਟਨੀ ਕਿਦਾਂ ਟੇਸਟ ਹੈ ਸਵਾਦ ਤੇ ਖਾ ਕੇ ਵੇਖੋ ਜਾਨਵੀ ਦੇ ਸਹਿਬ ਹੀ ਹੈ ਮਾੜੀ ਮੋਟੀ ਗੱਲ ਨਹੀਂ ਬਹੁਤ ਵਧੀਆ ਸਵਾਦ ਆ ਅੰਮ੍ਰਿਤਸਰ ਦੀ ਚਲੋ ਦੀਦੀ ਦੀਪ ਜੀ ਕੁਲਚੇ ਆ ਚੁੱਕੇ ਆ ਤੁਸੀਂ ਖਾਣ ਦਾ ਕਸ਼ਟ ਕਰੋ ਜਾਨਵੀ ਦੇ ਸ਼ਹਿਰ ਦੇ ਫੇਮਸ ਅਸ਼ੋਕਾ ਵਾਲਿਆਂ ਦੇ ਕੁਲਚੇ ਆ ਖਾਣ ਦਾ ਕਸ਼ਟ ਕਰੋ ਤੁਸੀਂ ਦੱਸੋ ਟੇਸਟ ਕਰਨਾ ਆਪਾਂ ਉਹ ਮੈਨੂੰ ਲੱਗਦਾ ਦੀਦੀ ਹੁਣੀ ਫਸ ਗਏ ਉੱਥੇ ਉੱਪਰ ਹੀ ਘਿਓਰੇ ਬੀਬੇ ਤੇ ਡਿੱਗ ਲੱਗੀ ਹੈ ਘਿਓਰੇ ਬੀਬੇ ਚ ਤੁਹਾਡਾ ਭਲਾ ਹੋ ਜਾਏ ਖੂਬਸੂਰਤੀ ਦਾ ਰਾਜ ਲਿਆਂਦਾ ਆ ਓਹੋ ਕਹਿੰਦੇ ਘਿਓਲੇ ਪੀਪੇ ਡਿੱਗਣ ਲੱਗੇ ਨੇ ਖੂਬਸੂਰਤੀ ਦਾ ਰਾਜ ਮਰ ਜਾਣਾ ਚਲੋ ਚੱਲਦੇ ਗੱਲ ਵੀ ਬਣਦੀ ਸਹੀ ਕਹਿਣੀ ਗੱਲ ਸੁਭਾਅ ਚੰਗਾ ਚਲੋ ਯਾਰ ਦੀਦੀ ਹੁਣ ਦਾ ਮੈਂ ਕਾਫੀ ਟਾਈਮ ਮਿਲਿਆ ਮੈਂ ਵਲੌਗ ਬਣਾਇਆ ਬੜਾ ਚੰਗਾ ਸੁਭਾਅ ਪੂਰੀ ਫਰੈਂਕਲੀ ਆ ਬਹੁਤ ਵਧੀਆ ਆ ਹਾਂਜੀ ਮੰਮਾ ਕਿਹੜਾ ਅਤੇ ਸਾਰਿਆਂ ਨੂੰ ਸਾਨੂੰ ਹੱਥ ਖੇਡ ਕੇ ਬੁਲਾਇਆ ਮੈਂ ਆਖੀ ਅਤੇ ਰੀਲਾਂ ਮੈਂ ਕਾਫੀ ਬਣਾਈਆਂ ਉਹਨਾਂ ਨੇ ਅਤੇ ਕਹਿੰਦੇ ਤੁਸੀਂ ਆਪਣੇ ਫੋਨ 'ਤੇ ਬਣਾ ਦਿਓ ਮੈਂ ਵੀ ਬਣਾਈਆਂ ਕੁਝ ਕੁ ਰੀਲਾਂ ਉਹਨਾਂ ਦੀਆਂ ਨੇਚਰ ਬਹੁਤ ਵਧੀਆ ਸੀਗਾ ਪਰ ਹੁਣ ਕਦਾਂ ਬਹਿ ਜਾ ਹੋਈ ਖਾ ਕੁਲਚਾ ਮੇਰੀ ਖਾ ਕੁਲਚੇ ਹੋ ਗਏ ਇੱਥੋਂ ਹੁਣ ਦੀਦੀ ਹੁਣ ਪਤਾ ਨਹੀਂ ਕੀ ਲੈਣਾ ਹੈ ਅਜੇ ਹੁਣ ਖਾਧਾ ਹੀ ਉਹ ਇਹ ਵੀ ਖਾਣੋਂ ਹਟਦੇ ਹੀ ਨਹੀਂ ਆ ਹੁਣ ਦੀਦੀ ਜੀ ਉਦੋਂ ਹਟੋਗੇ ਮੇਰੀ ਗੱਲ ਸੁਣੋ ਜਦੋਂ ਫਿਰ ਆਹ ਕਚੋਰੀਆਂ ਆਹ ਕੀ ਆ ਦੀਦੀ ਹੁਣੀ ਚਲੇ ਗਏ ਨੇ
ਤੇ ਹੁਣ ਆਪਾਂ ਵੀ ਆਪਣੇ ਘਰੇ ਚੱਲੇ ਹਾਂ ਵਾਪਸੀ, ਹੁਣ ਵੇਖੋ ਡੈਡੀ ਹੁਣ ਚੱਲਦੇ ਹਾਂ ਜਾਂ ਘਰੇ ਚੱਲ ਰਹੇ ਵੱਡੀ ਦੀਦੀ ਵੱਲ, ਉਸ ਤੋਂ ਬਾਅਦ ਮੈਂ ਬਟਾਲੇ ਚੱਲਣਾ, ਸੰਦੀਪ ਫਿਰ ਰਹੂਗੀ ਇੱਕ ਦੋ ਦਿਨ ਇੱਥੇ, ਮੈਨੂੰ ਛੱਡ ਕੇ ਹੈ ਵੇ ਜਿੱਥੋਂ ਗੱਡੀ ਲੈਣਾ। ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ ਜੀ। ਕਿੱਧਰ ਗਏ ਇਹ, ਕਿੰਨੇ ਰਾਹ 'ਚ ਖਿਲਾਰੀ ਆ। ਓਏ ਹੋਏ ਕਿਆ ਹੀ ਬਾਤ, ਅੱਜ ਦੇ ਡੈਡ ਜੀ ਪੂਰੀ ਟੋਰ ਆ ਗਾ ਮੈਂ ਕਹਾ, ਹੈਂ ਸੁਣ ਲੱਗਣ ਡੇ। ਹੋਰ ਸੁਣਾਓ, ਠੀਕ ਜੀ? ਚਲੋ ਅੱਗੇ ਪਾਓ ਪਾਓ, ਬੱਸੀਆਂ ਬੱਸੀਆਂ ਪਾਓ, ਛੇਤੀ ਕਰੋ ਛੇਤੀ ਛੇਤੀ, ਕਮਰ ਰੁਕਣਾ ਨਹੀਂ ਚਾਹੀਦਾ ਕਿ ਨਹੀਂ। ਲਾਲਾ ਜੀ ਹੁਣੀ ਅੱਜ ਅੱਜ ਪੂਰੇ ਕੈਸ਼ੀਅਰ ਲੱਗਣ ਡੇ ਕਿ ਨਹੀਂ, ਹੈਂ ਸਾਸੀਆ ਬੁਲਾਈ ਸੀ। ਸਤਿ ਸ਼੍ਰੀ ਅਕਾਲ, ਵੈਰੀ ਗੁੱਡ। ਸਖਤ ਹੀ ਕੁਲਚੇ ਖਾਦੇ ਯਾਰ, ਆਕੜੇ ਹੀ ਗਏ ਕੁਲਚੇ, ਇਹ ਗੱਲ ਸਹੀ ਹੈਗੇ। ਉਹ ਜਿੱਦਾਂ ਪੱਖੀ ਨਹੀਂ ਹੁੰਦੀ ਜਿੱਦਾਂ ਝੱਲਣ ਵਾਲੀ, ਓਦਾਂ ਸਖਤ ਹੋਏ ਸੀ ਨਹੀਂ, ਪਰ ਆਪਾਂ ਨੂੰ ਮੈਨੂੰ ਇਹਦੇ ਕੁਲਚੇ ਸਹੀ ਲੱਗਦੇ ਜਿਹੜੇ ਸੰਦੀਪ ਤੁਸੀਂ ਆ ਮੀਨੂ ਉਹਨਾਂ ਦੇ ਆ ਮੱਖਣ ਕੋ, ਇੱਕ ਉਹ ਵੀ ਵਧੀਆ ਬਣਾਉਂਦੇ ਜਿੱਥੇ ਗੋਭੀ ਵਾਲਾ ਖਾਧਾ ਸੀ ਆ ਦਰਵਾਜ਼ੇ ਵਾਲੇ, ਕੌਣ ਇੱਥੇ ਤੁਹਾਡੇ ਇੱਧਰ ਆ ਛੱਡ ਦੀ ਜਾਨ ਮੈਂ। ਫੋਨ ਲਾਇਆ ਚੰਗਾ ਸੁਭਾਅ ਯਾਰ, ਬਹੁਤ ਵਧੀਆ ਜੀ ਸੁਭਾਅ। ਹਾਂ ਆਹੋ, ਤੇ ਨਾਲੇ ਮੈਂ ਮੰਮੀ ਨੂੰ ਪੁੱਛ ਕੇ ਆਇਆ ਮੈਂ ਵੀ ਮੇਰਾ ਸੰਡੂ ਜਿਹੜਾ ਆ ਰੰਗ ਦਾ ਸਾਵਲਾ ਆ, ਤੇ ਮੈਂ ਖੂਬਸੂਰਤੀ ਦਾ ਰਾਜ ਦੱਸੋ ਵੀ ਤੁਸੀਂ ਕੀ ਖਾਂਦੇ ਜੇ, ਕਹਿੰਦੀ ਆਪਣੇ ਸੰਡੂ ਸਾਹਿਬ ਨੂੰ ਕਹੋ ਫਰੂਟ ਖਾਇਆ ਕਰੋ, ਤੇ ਮੈਂ ਮੈਨੂੰ ਦੀਦੀ ਨੋਟ ਕਰ ਲਾ ਵੀ ਹੁਣ ਫਰੂਟ ਦੇਣਾ ਬਸ, ਨਾਰੀਅਲ ਪਾਣੀ ਸਜਾ ਹੋਵੇ, ਇੱਕ ਨਾਰੀਅਲ ਪਾਣੀ ਪੀਣਾ ਹੈ ਜ਼ਿਆਦਾ ਤੋਂ ਜ਼ਿਆਦਾ, ਬੜਾ ਹਾਸਾ ਪਿਆ। ਆਈ ਹਰਕਨੂੰ ਬੋਲ ਦੋ, ਆਈ ਜਾਓ ਜਾਓ ਨਾਨੂ ਕੋ ਚਲ ਜਾਓ, ਜਾਓ 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 ਜਾਓ, ਵੈਰੀ ਗੁੱਡ ਵੈਰੀ ਗੁੱਡ, ਜਾਓ ਜਾਓ ਤੁਰ ਕੇ। ਜਲਦੀ ਜਲਦੀ ਭਲਾ ਜਾਓ 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 ਜਾਓ, ਡੈਡੀ ਨੂੰ ਦੇ ਨਾਨੂ ਨੂੰ ਦੇ ਦੇ, ਨਾਨੂ ਨੂੰ ਜਾ ਤੇ ਜਾਓ, ਨਾਨੂ ਨੂੰ ਦੇ ਦੋ। ਡੇਗਣਾ ਭਾਈ ਪੁੱਤ ਡੇਗਣਾ ਭਾਈ, ਉੱਥੇ ਹੱਥ ਰੱਖ ਹੱਥ ਰੱਖ, ਚੱਲ ਆ ਜਾ ਬੋਲ ਲੈ ਲਓ ਤੇ ਆਹ ਦੇ ਦਿਓ, ਆਹ ਦੇ ਦਿਓ ਨਾ, ਆਹ ਦੇ ਦਿਓ, ਆਹ ਦਿਓ, ਆਹ ਇੱਧਰਲਾ ਪਸਤੌਲ ਦਿਓ, ਆ ਜਿਹੜਾ ਆਏ ਮੇਰੇ ਪੁੱਤ, ਕਦੇ ਅੱਜ ਪੁੱਤ ਬੜਾ ਸੋਹਣਾ। ਭੱਜ ਗਏ ਬਾਹਰ, ਭਾਗ ਕਿੱਥੇ ਭਾਨ ਵਾਜਦੇ ਵਾਜਦੇ ਹੋ, ਬਾਜ ਬਾਜ ਉਹ ਆ ਗਏ ਆ ਗਏ ਆ ਗਏ ਆ ਗਏ ਆ ਗਏ, ਗੁਰੂ ਗੁਰਬਾਜ
ਚਲੋ ਚੱਲ ਗਏ ਹੁਣ ਹੁਣ ਚੱਲੇ ਹਾਂ ਘਰੇ ਮਾਰਸ਼ਾਲ ਆਹ ਕਿ ਲੱਗਾ ਬਿੱਠ ਪੈ ਗਈ ਆ ਆਹ ਤਾਂ ਹੁਣ ਤੇ ਆਹ ਕੀ ਸ਼ਾਇਦ ਮੌਕਾ ਵਾ ਮੈਂ ਬਿੱਠ ਪੈ ਗਈ ਉਹਨੂੰ ਡੇਵਾ ਜਮਾ ਖਿਜਣ ਡੇ ਧੰਨਵਾਦ ਧੰਨਵਾਦ ਬਾਈ ਜੀ ਚਾਰਜਰ ਪਿਆ ਲਈ ਲੱਕੀ ਵੀ ਲਿਆਤੀ ਬਹੁਤ ਵਧੀਆ ਵੀਰੇ ਧੰਨਵਾਦ ਥੈਂਕ ਯੂ ਹੁਣ ਮੈਂ ਚੱਲੇ ਘਰੇ ਵਾਪਸੀ ਅਤੇ ਸੰਦੀਪ ਇੱਥੇ ਰੁਕੂਗੀ ਹੁਣ ਪਤਾ ਨਹੀਂ ਵੇਖੋ 26 ਨੇ ਆਉਂਦੀ ਜਾਂ 27 ਨੇ ਆਉਂਦੀ ਮਰਜ਼ੀ ਪਈ ਜਾਂਦੀ ਅਸੀਂ ਕੀ ਕਰ ਸਕਦੇ ਠੀਕ ਨੇ ਗੱਲ ਡਿੱਗੀ ਖੁੱਲ੍ਹੀ ਨੇ ਹੱਦ ਹੋ ਗਈ ਮੈਨੂੰ ਲੱਗਦਾ ਗੱਡੀ ਦੀ ਡਿੱਗੀ ਖੁੱਲ੍ਹੀ ਹੈ ਟੋਲ 'ਤੇ ਪਹੁੰਚ ਗਏ ਅੱਜ ਫਿਰ ਰਸ਼ ਆ ਪੂਰਾ ਟੋਲ 'ਤੇ ਪਹੁੰਚ ਗਏ ਹਾਂ ਘਰੇ ਆਪਾਂ ਹੁਣ ਸਮਾਨ ਕੱਢ ਲਈਏ ਆਪਣਾ ਹੋਰ ਚੀਜ਼ਾਂ ਭੁੱਲ ਜਾਣ ਚਾਰਜਰ ਨਹੀਂ ਬੰਦੇ ਨੂੰ ਭੁੱਲਦਾ ਵੇਖ ਲਓ ਗੱਡੀ ਲਾ ਆਇਆ ਸਾਹਮਣੇ ਗਲੀ ਦੇ ਵਿੱਚ ਹੀ ਅਤੇ ਮੰਮੀ ਇਕੱਲੇ ਹੀ ਘਰੇ ਡੈਡੀ ਤੇ ਗਏ ਹੋਏ ਨੇ ਅਨੰਦਪੁਰ ਸਾਹਿਬ ਹੋਏ ਆਪਣਾ ਘਰ ਅੱਧਾ ਪੌਣੇ ਘੰਟੇ 'ਚ ਪਹੁੰਚ ਗਏ ਮੰਮੀ ਜੀ ਸਤਿ ਸ਼੍ਰੀ ਅਕਾਲ ਮੰਮੀ ਕੀ ਹਾਲ ਬਾਬੂ ਜੀ ਠੀਕ ਠਾਕ ਠੀਕ ਹੈ ਦਵਾਈ ਲੈਣੀ ਆ ਲਾ ਲਓ ਡਾਕਟਰ ਨੂੰ ਹੈ ਨਹੀਂ ਅੱਜ ਬੜੀ ਆਵਾਜ਼ ਕੀਤੀ ਆ ਹਰ ਗੁੰਦ ਕਸਰ ਲੱਗਦਾ ਤੁਸੀਂ ਪੂਰੀ ਕਰਦੇ ਚਲੋ ਠੀਕ ਆ ਜੇ ਅੱਜ ਦਾ ਮਤਲਬ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਾਰੇ ਜਿਹੜੇ ਕਰਦੇ ਸਬਸਕ੍ਰਾਈਬ ਮਿਲਦੇ ਆ ਕੱਲ੍ਹ ਨੂੰ ਵੀਡੀਓ ਦੇ ਤੱਕ ਸਤਿ ਸ਼੍ਰੀ ਅਕਾਲ